मां वे हुणे खप गए, खूहण लख असंख गणत न आवे क्यों गणी, खप खप मुए बिसंख खसम पछाणे अपना, खुले बंद ना पाए, शब्द महली खरा तू खिमा सच सुख पाए, खर्च खरा तन ध्यान तू आपे वसें शरीर, मन तन मुख जापे सदा, गुण अंतर मन तीर, हो मैं खपे खपाए सी बीजो वाथ विकार, जंत उपाय विच पायन करता अलग अपार, सृष्टि पियो न जाने कोई सृष्टा करे सुनिह जो हो, संपै को ईश्वर त्याहिए, संपै पुरब लिखे की पाईए, संपै कारण चाकर चोर, संपै साथ ना चल होर, बिन साचे नहीं दरगा मान, हर रस पीवे छुटे निदा, बिन साचे नहीं दरगा मान, हर रस पीवे छुटे निदान। वाहिगुरु जी का खालसा, वाहिगुरु जी की फतेह। परम सन्मान योग दीन दुनी दे मालक सतगुरु गुरु ग्रंथ साहिब महाराज जी दे सजे हुए पावन दरबार दीयां हाजरियां भरदियां बड़े अदब सत्कार प्यार सहित सत संगत रूप विच सज के आप सबना ने गुरु सवारियां पासों सतगुरु दी अमृतमई पावन बाणी दा कीर्तन बड़े ही अदब सत्कार सहित श्रवण कीता है। सतगुरु जी दी पावन चरण चरण विच बैठ के आप सारी संगत रोजाना ही सतगुरु दी पावन बाणी दी लड़ीवार कथा विचार बड़े ध्यान सहित श्रवण करते हो। गुरु नानक महाराज दी पावन बाणी ओंकार जिस दे विचार अधीन ए पावन बोल आप जी ने श्रवण कीते ने जो सतगुरु गुरु ग्रंथ साहब दे मुबारक अंक 937 उपर सुभाई मान ने। सतगुरु धन गुरु नानक महाराज कृपा करदे आखते ने खिमा विहूणे खप गए, खूहण लख असंख। खिमा दा अर्थ हुंदा है किसे दी वधीकी नूं
ਕਿਸੇ ਹੱਦ ਤੱਕ ਮਨੁੱਖ ਦੇ ਅੰਦਰ ਜਰਨ ਦਾ ਬਰਦਾਸ਼ਤ ਕਰਨ ਦਾ ਮਾਦਾ ਜ਼ਰੂਰ ਹੋਣਾ ਚਾਹੀਦਾ ਹੈ। ਐਸੇ ਵਧੀਕੀ ਭਰੇ ਸੁਭਾਅ ਨੂੰ ਜਰਨ ਦੀ ਜੋ ਭਾਵਨਾ ਹੈ ਮਨੁੱਖ ਦੇ ਅੰਦਰ, ਉਸ ਗੁਣ ਨੂੰ ਖਿਮਾ ਆਖਿਆ ਜਾਂਦਾ ਹੈ। ਬਰਦਾਸ਼ਤ ਕਰਨਾ, ਧੀਰਜ ਰੱਖਣਾ, ਆਪਣਾ ਟਿਕਾਓ ਨਾ ਗਵਾਉਣਾ, ਕਾਲੇ ਨਾ ਪੈਣਾ, ਕ੍ਰੋਧ ਵਿੱਚ ਨਾ ਆਉਣਾ ਔਰ ਕੋਈ ਗਲਤ ਫੈਸਲਾ ਨਾ ਕਰ ਲੈਣਾ, ਇੱਕ ਖੂਬੀ ਹੈ ਜੋ ਸਤਿਗੁਰੂ ਦੀ ਮੁਬਾਰਕ ਬਾਣੀ ਨੇ ਇਸ ਨੂੰ ਦੈਵੀ ਗੁਣ, ਰੱਬੀ ਗੁਣ ਮੰਨਿਆ ਹੈ। ਜਦੋਂ ਮਨੁੱਖ ਦੇ ਹਿਰਦੇ ਦੇ ਅੰਦਰ ਕ੍ਰੋਧ ਪੈਦਾ ਹੁੰਦਾ ਹੈ, ਕ੍ਰੋਧੀ ਇਨਸਾਨ ਹਮੇਸ਼ਾ ਹੀ ਗਲਤ ਫੈਸਲੇ ਲੈਂਦਾ ਹੈ, ਕਿਉਂਕਿ ਸਿਆਣਿਆਂ ਦਾ ਕਥਨ ਹੈ ਕ੍ਰੋਧ ਅਕਲ ਨੂੰ ਖਾ ਜਾਂਦਾ ਹੈ। ਕ੍ਰੋਧ ਮਨੁੱਖ ਦੀ ਸੋਚਣ ਸ਼ਕਤੀ ਨੂੰ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਤਾਂ ਇੱਥੋਂ ਤੱਕ ਬਖਸ਼ਿਸ਼ ਕਰਦੇ ਹਨ, ਕਹਿੰਦੇ ਨੇ ਵੀ ਜੇ ਸਿਰ ਦੇ ਵਿੱਚ ਕ੍ਰੋਧ ਹੋਵੇ ਨਾ ਉੱਥੇ ਦਇਆ, ਉੱਥੇ ਤਰਸ, ਉੱਥੇ ਪਿਆਰ ਇਤਿਆਦਿਕ ਗੁਣ ਨਹੀਂ ਰਹਿ ਸਕਦੇ। ਇਸ ਕਰਕੇ ਆਪਣੀ ਮੁਬਾਰਕ ਬਾਣੀ ਚ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਹੇ ਕ੍ਰੋਧ, ਤੂੰ ਕਲੇ ਦਾ ਮੋਢੇ, ਲੜਾਈ ਦਾ ਘਰ ਹੈ, ਕਲੇਸ਼ ਦੀ ਜੜ ਹੈ, ਤੇ ਜਿੱਥੇ ਤੂੰ ਹੋਵੇ ਨਾ ਉੱਥੇ ਦਇਆ ਨਹੀਂ ਹੁੰਦੀ, ਤਰਸ ਨਹੀਂ ਹੁੰਦਾ। ਸਤਿਗੁਰੂ ਸ਼ਬਦ ਵਰਤਦੇ ਨੇ ਹੇ ਕਾਲ ਮੂਲ ਕ੍ਰੋਧਮ, ਹੇ ਕਲੇ ਦੇ ਮੁੱਢ ਕ੍ਰੋਧ, ਕਦੰਚ ਕਰੁਣਾ ਨਾ ਉਪਰਜਤੇ। ਕਦੰਚ ਦਾ ਅਰਥ ਹੈ ਰੰਚਕ ਮਾਤਰ, ਥੋੜੀ ਜੀ ਵੀ ਦਇਆ ਉਸ ਹਿਰਦੇ ਚ, ਉਸ ਮਨ ਵਿਚ, ਉਸ ਦਿਲ ਵਿਚ ਨਹੀਂ ਹੋਵੇਗੀ ਜਿੱਥੇ ਤੂੰ ਆ ਜਾਏਗਾ। ਕਦੰਚ ਕਰੁਣਾ ਨਾ ਉਪਰਜਤੇ। ਅੱਗੇ ਸ਼ਬਦ ਵਰਤਿਆ ਕਹਿੰਦੇ ਬਿਖਯੰਤ ਜੀਵਮ, ਤੂੰ ਬੰਦੇ ਨੂੰ ਜ਼ਹਿਰੀਲਾ ਕਰ ਦਿੰਦਾ ਹੈ। ਬਿਖਯੰਤ ਦਾ ਅਰਥ ਹੈ ਬੇਖ, ਬੇਖ ਦਾ ਅਰਥ ਹੈ ਜ਼ਹਿਰ। ਹੇ ਕ੍ਰੋਧ, ਤੂੰ ਮਨੁੱਖ ਨੂੰ ਜ਼ਹਿਰੀਲਾ ਬਣਾ ਦਿੰਦਾ ਹੈ, ਜ਼ਹਿਰ ਵਾਲਾ ਸੁਭਾਅ ਉਹਦੇ ਅੰਦਰ ਪੈਦਾ ਕਰ ਦਿੰਦਾ ਹੈ। ਬਿਖਯੰਤ ਜੀਵਨ ਵਸਿਅੰ ਕ੍ਰੋਧ, ਤੂੰ ਜੀਵ ਨੂੰ ਆਪਣੇ ਕੰਟਰੋਲ ਵਿੱਚ ਕਰ ਲੈਂਦਾ, ਉਹਦੇ ਵਸ ਦੀ ਗੱਲ ਨਹੀਂ ਰਹਿ ਜਾਂਦੀ, ਉਹਦਾ ਸੋਚਣ ਸ਼ਕਤੀ, ਉਹਦਾ ਦਿਮਾਗ, ਉਹਦੀ ਅਕਲ, ਉਹਦਾ ਗਿਆਨ, ਸਭ ਕੁਝ ਇੱਕ ਪਲ ਦੇ ਅੰਦਰ ਤੇਰੇ ਕਾਬੂ ਚ ਆ ਜਾਂਦਾ। ਬਿਖਯੰਤ ਜੀਵਨ ਵਸਿਅੰ ਕ੍ਰੋਧ, ਔਰ ਅੱਗੇ ਸ਼ਬਦ ਵਰਤਿਆ ਕਹਿੰਦੇ ਮਦਾਰੀ ਆਉਂਦਾ, ਡਮਰੂ ਵਜਾਉਂਦਾ, ਡੱਗਾ ਵਜਾਉਂਦਾ, ਢੋਲਕੀ ਵਜਾਉਂਦਾ, ਤੇ ਆਪਣੇ ਇਸ਼ਾਰੇ ਦੇ ਨਾਲ ਜਿਉਂ ਜਿਉਂ ਉਹ ਸਾਜ਼ ਵਜਾਉਂਦਾ, ਉਹਦਾ ਨਾਲ ਲਿਆਂਦਾ ਹੋਇਆ ਬਾਂਦਰ ਉਹਦੇ ਇਸ਼ਾਰੇ ਤੇ ਨੱਚਦਾ, ਜਿਵੇਂ ਮਦਾਰੀ ਬਾਂਦਰ ਨੂੰ ਨਚਾਉਂਦਾ ਆਪਣੇ ਇਸ਼ਾਰੇ ਤੇ। ਹੇ ਕ੍ਰੋਧ, ਤੂੰ ਵੀ ਬੰਦੇ ਦਾ ਤਮਾਸ਼ਾ ਬਣਾ ਧਰਦਾ, ਕ੍ਰੋਧ ਦੇ ਵਸ ਵਿੱਚ ਪਿਆ ਹੋਇਆ ਬੰਦਾ ਇਵੇਂ ਨੱਚਦਾ, ਇਵੇਂ ਬੁੜਕਦਾ, ਇਵੇਂ ਭੁੜਕਦਾ ਜਿਵੇਂ ਮਦਾਰੀ ਦੇ ਵਸ ਪਿਆ ਹੋਇਆ ਬਾਂਦਰ ਉਹਦੇ ਇਸ਼ਾਰੇ ਤੇ ਨੱਚਦਾ। ਨ੍ਰਿਤਯੰ ਕ੍ਰੋਧ, ਨ੍ਰਿਤ ਕਹਿੰਦੇ ਨੇ ਨਾਚ ਨੂੰ। ਨ੍ਰਿਤਯੰ ਕ੍ਰੋਧ ਜਥਾ ਮਰਕਟ ਹੈ, ਜਥਾ ਦਾ ਅਰਥ ਹੈ ਜਿਵੇਂ, ਮਰਕਟ ਦਾ ਅਰਥ ਹੁੰਦਾ ਹੈ ਬਾਂਦਰ, ਜਿਵੇਂ ਮਦਾਰੀ ਦੇ ਇਸ਼ਾਰੇ ਤੇ ਬਾਂਦਰ ਨੱਚਦਾ, ਇਵੇਂ ਕ੍ਰੋਧ ਦੇ ਇਸ਼ਾਰੇ ਦੇ ਉੱਤੇ ਮਨੁੱਖ ਨੱਚਦਾ, ਬੇਵੱਸ ਹੋਇਆ, ਗੁਲਾਮ ਹੋਇਆ। ਸਤਿਗੁਰੂ ਆਖਦੇ ਨੇ ਐਸਾ ਮਨੁੱਖ ਦਾ ਜੀਵਨ ਕਿਰਦਾਰ ਬਣ ਜਾਂਦਾ ਜਦੋਂ ਮਨੁੱਖ ਦੀ ਸੁਰਤ ਸੋਚ ਦੇ ਉੱਤੇ ਕ੍ਰੋਧ ਹਾਵੀ ਹੋ ਜਾਏ। ਤੇ ਸਤਿਗੁਰੂ ਦੀ ਬਾਣੀ ਆਖਦੀ ਏ ਐਸੇ ਮਾਹੌਲ ਦੇ ਵਿੱਚ ਇਨਸਾਨ ਜਿਹੜਾ ਫੈਸਲਾ ਕਰੇਗਾ ਉਹ ਕਿਹੋ ਜਿਹਾ ਹੋਵੇਗਾ ਸੋਚਿਆ ਜਾ ਸਕਦਾ। ਕਿ ਮਨੁੱਖ ਜਿਹੜਾ ਵੀ ਐਕਸ਼ਨ ਕਰੇਗਾ, ਜਿਸ ਤਰ੍ਹਾਂ ਦਾ ਵੀ ਮਨੁੱਖ ਵਿਹਾਰ ਕਰੇਗਾ, ਜੋ ਵੀ ਫੈਸਲਾ ਲਏਗਾ ਇਸ ਸਥਿਤੀ ਦੇ ਵਿੱਚ, ਇਹੋ ਜਿਹੀ ਮਾਨਸਿਕ ਔਰ ਦਿਲ ਦੀ ਹਿਰਦੇ ਦੀ ਹਾਲਤ ਹੁੰਦਿਆਂ ਹੋਇਆ, ਉਹ ਫੈਸਲਾ ਕਿੰਨਾ ਕੁ ਵਧੀਆ ਹੋ ਸਕਦਾ। ਭਾਵ ਵਧੀਕੀ ਉੱਪਰ ਇੱਕ ਹੋਰ ਵਧੀਕੀ ਹੋ ਜਾਏਗੀ, ਜ਼ੁਲਮ ਹੋਏਗਾ, ਅਤਿਆਚਾਰ ਹੋਏਗਾ, ਨੁਕਸਾਨ ਹੋਏਗਾ, ਤਬਾਹੀ ਹੋਏਗੀ। ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਪਾਸ ਦੁਆਸ ਨਾ ਭਿੱਟੀਐ ਜਿਨੇ ਅੰਤਰ ਕ੍ਰੋਧ ਚੰਡਾਲ। ਕ੍ਰੋਧ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਚੰਡਾਲ ਨਾਲ ਤੁਲਨਾ ਦਿੱਤੀ ਹੈ ਵੀ ਇਹ ਚੰਡਾਲ ਹੈ, ਜਿੱਥੇ ਦਇਆ ਨਹੀਂ ਉੱਥੇ ਚੰਡਾਲਾਂ ਵਾਲਾ ਸੁਭਾਅ ਹੀ ਹੋਏਗਾ ਨਾ। ਹੁਣ ਇਸ ਨੂੰ ਕਾਬੂ ਕਰਨ, ਇਹ ਅੱਗ ਜੇ ਸੰਦਰ ਬਲ ਰਹੀ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਇਸ ਅੱਗ ਨੂੰ ਇੱਕੋ ਹੀ ਤਰਕੀਬ ਨਾਲ, ਇੱਕੋ ਹੀ ਤਰੀਕੇ ਨਾਲ ਬੁਝਾਇਆ ਜਾ ਸਕਦਾ, ਖਿਮਾ ਦਾ ਜਲ ਤਰੌਂਕ ਕੇ, ਖਿਮਾ ਦਾ ਪਾਣੀ ਪਾ ਕੇ ਇਹ ਅੱਗ ਬੁਝਾਈ ਜਾ ਸਕਦੀ। ਖਿਮਾ ਦਾ ਅਰਥ ਹੁੰਦਾ
ਕਿਸੇ ਦੀ ਵਧੀਕੀ ਨੂੰ ਕੁਝ ਹੱਦ ਤੱਕ ਬਰਦਾਸ਼ਤ ਕਰਨ ਦਾ ਮਾਦਾ ਸੁਭਾਅ ਮਨੁੱਖ ਦੇ ਅੰਦਰ ਹੋਵੇ, ਧੀਰਜ ਹੋਵੇ। ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੁਝ ਪ੍ਰਮਾਣ ਬਖਸ਼ਿਸ਼ ਕੀਤੇ ਨੇ, ਕੁਝ ਉਪਦੇਸ਼ ਦਿੱਤੇ ਨੇ, ਸੇਧ ਦਿੱਤੀ ਹੈ ਸਾਡੇ ਜੀਵਨ ਨੂੰ। ਮਹਾਰਾਜ ਇੱਕ ਜਗ੍ਹਾ ਤੇ ਨਾ ਇੱਕ ਜੋਗੀ ਨੂੰ ਸਮਝਾਉਂਦਿਆਂ ਕਹਿੰਦੇ ਨੇ, ਹੇ ਜੋਗੀ ਤੂੰ ਘਰ ਵਿੱਚ ਕਿਉਂ ਨਹੀਂ ਰਹਿੰਦਾ, ਘਰ ਪਰਿਵਾਰ ਵਿੱਚ ਰਹਿ ਕੇ ਇੱਥੇ ਤੂੰ ਚੰਗਾ ਕਿਰਦਾਰ ਉੱਚਾ ਆਚਰਣ ਬਣਾ ਤਾਂ ਕਿ ਤੂੰ ਰੱਬ ਦੇ ਨਾਲ ਇੱਕ ਸੁਰ ਹੋ ਸਕੇ। ਜੋਗੀ ਖਦਸ਼ਾ ਜ਼ਾਹਰ ਕਰਦਾ, ਕਹਿੰਦੇ ਕਿ ਮੈਂ ਘਰ ਵਿੱਚ ਰਹਿ ਕੇ ਜੇ ਮੇਰਾ ਆਤਮਕ ਮਾਨਸਿਕ ਜੀਵਨ ਤਬਾਹ ਹੋ ਗਿਆ ਤੇ ਫਾਇਦਾ ਕੀ ਹੋਇਆ, ਕਿਉਂਕਿ ਜੋਗ ਮਤ ਦੀ ਥਿਊਰੀ ਕਹਿੰਦੀ ਏ ਵੀ ਜੇ ਘਰ ਵਿੱਚ ਰਹਿ ਕੇ ਬੰਦਾ ਜੰਜਾਲਾਂ ਚ ਫਸ ਜਾਂਦਾ, ਜੇ ਜੰਜਾਲਾਂ ਵਿੱਚ ਮੈਂ ਫਸ ਗਿਆ ਸਾਰੀ ਜ਼ਿੰਦਗੀ ਅਜਾਈ ਚਲੀ ਗਈ, ਮੈਨੂੰ ਇਹ ਡਰ ਹੈ ਵੀ ਮੇਰਾ ਜੀਵਨ ਕਿਧਰੇ ਮਾਇਆ ਦੇ ਵਿੱਚ ਖਚਤ ਹੋ ਕੇ ਜੰਜਾਲਾਂ ਚ ਪੈ ਕੇ ਉਸ ਅਵਸਥਾ ਤੋਂ ਵਾਂਝਾ ਨਾ ਰਹਿ ਜਾਏ ਜਿਹੜੀ ਮੈਂ ਪ੍ਰਾਪਤ ਕਰਨੀ ਚਾਹੁੰਦਾ। ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਦੇ ਆ, ਜੋਗੀ ਦਾ ਖਦਸ਼ਾ ਦੂਰ ਕਰਨ ਦੀ ਯਤਨ ਕਰਦੇ, ਮਿਹਨਤ ਕਰਦੇ, ਬਖਸ਼ਿਸ਼ ਕਰਦੇ ਹੋਇਆ ਆਖਦੇ ਨੇ, ਜੋਗੀ ਕੋ ਕੈਸਾ ਡਰ ਹੋਏ, ਰੂਖ ਬਿਰਖ ਗ੍ਰਹਿ ਬਾਹਰ ਸੋਏ। ਹੇ ਜੋਗੀ ਜੇ ਤੂੰ ਕੁਝ ਗੱਲਾਂ ਧਿਆਨ ਵਿੱਚ ਰੱਖ ਲਵੇ ਨਾ, ਜੋਗ ਦਾ ਅਰਥ ਹੁੰਦਾ ਮਿਲਾਪ, ਤੇ ਜੋਗੀ ਦਾ ਅਰਥ ਜਿਹੜਾ ਮਿਲਾਪ ਲਈ ਯਤਨ ਕਰ ਰਿਹਾ ਧਿਆਨ ਦੇਣਾ। ਮਹਾਰਾਜ ਕਹਿੰਦੇ ਜੇ ਤੂੰ ਕੁਝ ਗੱਲਾਂ ਦਾ ਧਿਆਨ ਰੱਖੇ ਤੇਰੇ ਅੰਦਰ ਦਾ ਡਰ ਤੌਖਲਾ ਮਿਟ ਜਾਏਗਾ। ਉਹ ਕਿਹੜਾ? ਮਹਾਰਾਜ ਕਹਿੰਦੇ ਰੂਖ ਬਿਰਖ ਗ੍ਰਹਿ ਬਾਹਰ ਸੋਏ। ਉਹ ਘਰ ਵਿੱਚ ਵੀ ਏ, ਜੰਗਲ ਵਿੱਚ ਵੀ ਉਹ ਹੀ ਏ, ਘਰ ਵਿੱਚ ਰਹਿ ਕੇ ਵੀ ਉਹਨੂੰ ਪਾਇਆ ਜਾ ਸਕਦਾ। ਹੁਣ ਜੋਗੀ ਦਾ ਪ੍ਰਸ਼ਨ ਏ, ਕਹਿਣ ਲੱਗਿਆ ਮਹਾਰਾਜ ਬਾਹਰ ਜਾ ਕੇ ਤੇ ਮੈਂ 84 ਆਸਨ ਕਰਾਂਗਾ, ਪ੍ਰਾਣਾਯਾਮ ਦੇ ਅਭਿਆਸ ਕਰਾਂਗਾ, ਸਮਾਧੀ ਲਾਵਾਂਗਾ, ਘਰ ਚ ਇਹ ਕੰਮ ਕਿੱਥੋਂ ਹੁੰਦੇ ਨੇ? ਘਰ ਚ ਕਿਤੇ ਸਮਾਧੀ ਲੱਗਦੀ ਏ? ਘਰ ਦੇ ਅੰਦਰ ਬੰਦਾ ਧਿਆਨ ਨਹੀਂ ਟਿਕਾ ਸਕਦਾ, ਮਨ ਭਟਕਦਾ, ਬਾਹਰ ਜਾ ਕੇ ਤਾਂ ਮੈਂ ਪ੍ਰਾਣਾਯਾਮ ਉਹ ਅਭਿਆਸ ਕਰਨੇ ਨੇ ਜਿਹੜੇ ਜੋਗ ਮਤ ਨੇ ਦੱਸੇ ਨੇ। ਤੁਸੀਂ ਮੈਨੂੰ ਆਖਦੇ ਹੋ ਵੀ ਰੱਬ ਘਰ ਵੀ, ਇਹ ਤਾਂ ਠੀਕ ਹੈ ਵੀ ਰੱਬ ਘਰ ਹੈ, ਪਰ ਮੈਂ ਅਭਿਆਸ ਨਹੀਂ ਕਰ ਪਾਵਾਂਗਾ ਉਹਨਾਂ ਕਿਰਿਆਵਾਂ ਦਾ, ਜਿਹੜੀਆਂ ਕਿਰਿਆਵਾਂ ਦਾ ਅਭਿਆਸ ਕਰਕੇ ਜੋਗੀ ਨੂੰ ਜੋਗ ਮਤ ਦੀ ਥਿਊਰੀ ਸਿਧਾਂਤ ਕਹਿੰਦਾ ਵੀ ਆਹ ਕਿਰਿਆਵਾਂ ਦਾ ਅਭਿਆਸ ਕਰ ਤੇ ਤੂੰ ਰੱਬ ਦੇ ਨੇੜੇ ਹੋ ਜਾਏਗਾ, ਉਹ ਕਿਸ ਤਰ੍ਹਾਂ ਕਰਾਂ? ਮਹਾਰਾਜ ਉਹਦਾ ਇਹ ਤੌਖਲਾ ਵੀ ਦੂਰ ਕਰਦੇ ਨੇ, ਇਹ ਭਰਮ ਦੂਰ ਕਰਦੇ ਆ। ਸਤਿਗੁਰੂ ਕਹਿਣ ਲੱਗੇ ਫਰਕ ਕੇਵਲ ਇੰਨਾ, ਉੱਥੇ ਤੂੰ ਅਭਿਆਸ ਸਰੀਰਕ ਰੂਪ ਵਿੱਚ ਕਰਦਾ, ਇੱਥੇ ਤੂੰ ਅਭਿਆਸ ਮਾਨਸਿਕ ਰੂਪ ਵਿੱਚ ਕਰਨਾ, ਗ੍ਰਸਤ ਵਿੱਚ ਰਹਿੰਦੇ ਆ, ਕਿਉਂਕਿ ਤੂੰ ਤਨ ਨਾਲ ਕਿਰਤ ਕਰਨੀ ਹੈ, ਸੰਸਾਰ ਦੀਆਂ ਹੋਰ ਜ਼ਿੰਮੇਵਾਰੀਆਂ ਵੀ ਸਰੀਰਕ ਤੌਰ ਤੇ ਨਿਭਾਉਣੀਆਂ ਨੇ, ਤੇ ਇੱਥੇ ਜਿਹੜਾ ਤੂੰ ਅਭਿਆਸ ਕਰਨਾ ਨਾ ਉਹ ਮਾਨਸਿਕ ਤੌਰ ਤੇ। ਕਹਿਣ ਲੱਗਿਆ ਜੀ ਉਹ ਕਿਵੇਂ? ਹਜ਼ੂਰ ਕੁਝ ਤਰੀਕੇ ਦੱਸਦੇ ਨੇ। ਕਹਿਣ ਲੱਗੇ ਖਿਮਾ ਗਹੀ ਬ੍ਰਤ ਸੀਲ ਸੰਤੋਖੰ। ਮਹਾਰਾਜ ਕਹਿੰਦੇ ਜਿਵੇਂ ਤੂੰ ਜੰਗਲ ਵਿੱਚ ਜਾਂਦਾ, ਉੱਥੇ ਤੂੰ ਨਗਨ ਅਵਸਥਾ ਵਿੱਚ ਆਪਣੇ ਸਰੀਰ ਦੇ ਕੱਪੜੇ ਉਤਾਰ ਕੇ ਤਪ ਸਾਧਦਾ ਹੈ ਨਾ, ਤੇ ਤਪ ਸਾਧਦਿਆਂ ਹੋਇਆ ਤੂੰ ਗਰਮੀ ਦੇ ਦਿਨਾਂ ਵਿੱਚ ਧੂਣੀ ਤਪਾ ਕੇ ਤਪਸ਼ ਆਪਣੇ ਸਰੀਰ ਤੇ ਬਰਦਾਸ਼ਤ ਕਰ। ਜਦੋਂ ਤੂੰ ਤਪਸ਼ ਸਹਿਣਾ ਆਪਣੇ ਸਰੀਰ ਦੇ ਉੱਤੇ, ਗਰਮੀ ਲੱਗਦੀ ਹੈ ਤੈਨੂੰ, ਸਰੀਰ ਸੜਦਾ ਹੈ, ਤੈਨੂੰ ਗੁੱਸਾ ਆਉਂਦਾ। ਕਹਿਣ ਲੱਗਿਆ ਜੀ ਨਹੀਂ, ਕਿਉਂਕਿ ਉਹ ਤੇ ਇੱਕ ਕਿਰਿਆ ਹੈ, ਉਹ ਤਾਂ ਮੈਨੂੰ ਅਭਿਆਸ ਕਰਨਾ ਹੀ ਪੈਣਾ। ਤਾਪ ਦੀ ਇਹ ਥਿਊਰੀ ਹੈ ਨਾ ਵੀ ਸਰੀਰ ਦੁਖੀ ਹੋਵੇ, ਵੱਧ ਤੋਂ ਵੱਧ ਤਪਾਇਆ ਤੇ ਖਪਾਇਆ ਜਾਏ। ਹੁਣ ਉੱਥੇ ਜਦੋਂ ਤੂੰ ਸਰੀਰ ਨੂੰ ਤਪਾਉਣਾ ਜਾਂ ਠੰਡ ਦੇ ਦਿਨਾਂ ਵਿੱਚ, ਉਦੋਂ ਵੀ ਨਗਨ ਅਵਸਥਾ ਚ ਠੰਡੇ ਪਾਣੀ ਵਿੱਚ ਬੈਠ ਕੇ ਤੂੰ ਸਮਾਧੀ ਲਾਉਣਾ, ਆਪਣੇ ਚੇਲਿਆਂ ਕੋਲੋਂ ਆਪਣੇ ਸਿਰ ਚ ਕਈ ਘੜੇ ਪਾਣੀ ਦੇ ਪਵਾਉਣਾ, ਉੱਥੇ ਤੈਨੂੰ ਗੁੱਸਾ ਕ੍ਰੋਧ। ਕਹਿਣ ਲੱਗਿਆ ਜੀ ਇਹ ਤਾਂ ਅਭਿਆਸ ਹੈ, ਇਹ ਤਾਂ ਕਰਨਾ ਹੀ ਪਵੇਗਾ, ਤਪ ਦਾ ਅਸੂਲ ਹੈ। ਮਹਾਰਾਜ ਕਹਿਣ ਲੱਗੇ ਬਸ, ਉੱਥੇ ਤੂੰ ਗਰਮੀ ਸਹਿੰਦਾ ਗਰਮੀਆਂ ਦੇ ਦਿਨਾਂ ਚ, ਸਰਦੀ ਸਹਿੰਦਾ ਸਰਦੀਆਂ ਦੇ ਦਿਨਾਂ ਚ, ਭੁੱਖ ਨੂੰ ਬਰਦਾਸ਼ਤ ਕਰਦਾ ਹੈ, ਉੱਥੇ ਹਰ ਤਰ੍ਹਾਂ ਦੇ ਕੁਦਰਤੀ ਕਸ਼ਟ ਵੀ ਸਹਿੰਦਾ, ਹਰ ਤਰ੍ਹਾਂ ਦੀ ਤਕਲੀਫ਼ ਤੇਰੇ ਸਰੀਰ ਨੂੰ ਪਹੁੰਚਦੀ ਏ, ਤੇ ਇਹਨੂੰ ਤੂੰ ਆਪਣੇ ਧਰਮ ਦੀ ਕਮਾਈ ਦਾ, ਯੋਗ ਅਭਿਆਸ ਦਾ ਇੱਕ ਤਰੀਕਾ ਮੰਨਦਾ ਵੀ ਇਹ ਕਸ਼ਟ ਜਿੰਨੇ ਤਨ ਨੂੰ ਦਿੱਤੇ ਜਾਣਗੇ ਓਨਾ ਹੀ ਯੋਗ ਜਿਹੜਾ ਹੈ ਉਹ ਕਮਾਇਆ ਜਾ ਸਕਦਾ, ਉੱਥੇ ਤੇਰਾ ਇਹ ਖਿਆਲ ਹੈ ਨਾ? ਕਹਿਣ ਲੱਗਿਆ ਜੀ ਠੀਕ ਹੈ। ਮਹਾਰਾਜ ਕਹਿਣ ਲੱਗੇ ਬਸ, ਇੱਥੇ ਤੂੰ ਆਪਣੇ ਮਨ ਨੂੰ ਇੰਨਾ ਤਿਆਰ ਕਰਨਾ ਹੈ ਵੀ ਸੰਸਾਰ ਦੇ ਅੰਦਰ ਤੇਰੇ ਕੋਲ ਗਵਾਚੇਗਾ ਵੀ ਬਹੁਤ ਕੁਝ, ਵਧੀਕੀਆਂ ਕਰਨ ਵਾਲੇ ਲੋਕ ਵੀ ਹੋਣਗੇ, ਮੰਦਾ ਬੋਲਣ ਵਾਲੇ ਲੋਕ ਵੀ ਹੋਣਗੇ, ਇੱਥੇ ਤੂੰ ਮਾਨਸਿਕ ਤੌਰ ਉੱਤੇ ਤਕੜੇ ਹੋ ਜਾਣਾ। ਹੁਣ ਕਦੇ ਗੌਰ ਕਰੋ ਨਾ, ਬੜੀਆਂ ਸਾਖੀਆਂ ਨੇ
इतिहास के अंदर भरिया ग्रंथां च लिखिया पर सुनाईया गई प्रचारिया गई और लोगों नूं ये गल्लां चेते ने। लोग आखते ने कोई जोगी आया, कोई साधु आया, कोई तपस्वी आया किसी के दरवाजे उते, ते घर वालियां ने उहदा ध्यान ना कीता, गौर ना कीता, उहनूं भिखिया ना पाई, ते गुस्से विच साधु ने उहनूं श्राप दे दिता कि तुहाडा बेड़ा गर्क जाए, इन्ना समा हो गया मैनूं तुहाडे दरवाजे ते खलोतिआं, तुसी साधु दी महानता नहीं समझदे, तुसी जोगी दा सत्कार नहीं करदे, तुसी तपी नूं अपने दरवाजे दे उते खलार छड्डिआ। कहण लगे उहदी जबान तों इह शब्द निकलिआ ते श्राप लग गया सारे परिवार नूं, बेड़ा गर्क हो गया, पछां चले गए सारे, सारा घर का काम कार जिहड़ा सी उह ऐन खत्म हो गया, उजड़ पुजड़ गए। लोग इहो जिहियां कहानियां बड़ियां सुणदे ने ते सुणाउंदे ने। इक गल दा गौर करना, गुरु ग्रंथ साहिब महाराज आखदे ने उह किहड़ा साधु है जिहदा अजे तक अपनी जबान ते कंट्रोल नहीं होया, उहदा मन ते कंट्रोल की हो गया होएगा, जिहनूं इह नहीं पता कि मैं अपनी जबान तों मिठा बोलना है रब दे बंदिआं नूं, जिहनूं इह नहीं पता भी मैं किहड़ा इन्हां दे कोलों, इन्हां ने इन्हां दे उत्ते मेरा की एहसान है, भी मैं तां आप चल के आया इन्हां दे दरवाजे ते। अगला ध्यान देवे ना देवे तां उहदी मर्जी है ना, बस होमै यह सी भी मैं साधु हाँ ते मेरे वल ध्यान क्यों नहीं दिता, ते जे मेरे वल ध्यान नहीं दिता इस करके मैं श्राप दे देंगा, तबाही मचा देंगा, दुख आउणगे, कष्ट आउणगे। लोग डर गए, लोगों सोचा इहदा की लैणा, दो गल्लां ही कहणियां ने, कह के तुर गया एवें, होर कोई ना कोई मुसीबत खड़ी हो जाएगी। सो सब तो पहला साधु का ध्यान करो, सारे काम छड के घर दे जी साधु दे पैरी हाथ लाउण लगे, जोगी ते तपस्वी दे अगे सिर नवाउण लगे, ते उहदे अगे लिया के तरह तरह के पकवान जो भी सरदा बनदा लिया के भेटा करन लगे भी किते ए नाराज ना हो जाए। मेरे गरीब नवाज गुरु ग्रंथ साहिब पता की आखदे ने, कहिंदे भरमे लोकां दा जिहड़ा बंदा अपनी जबान तों किसे लई भला नहीं ना लोचदा वह रब वाला हो ही नहीं सकदा, वह तां कोई विगड़िया बंदा है। जे आदमी नूं अजे यही समझ नहीं आई धर्म दे मार्ग दे उत्ते चलदिआं भी सर्व मानवता दा भला करना है, अपने मन नूं धीरज विच रखना है, जिहड़ा दो घड़ियां लेट होण ते जां किसे दे दो चार आप शब्द कहण दे उत्ते जिहड़ा किसे वल्लों भिखिया ना मिलण दे उत्ते इन्नी क गल ते गुस्सा कर गया कि खाक रब दे राह ते तुरेगा, इहदे अंदर ते धीरज ही है नहीं। ऐसा होछा, ऐसा काला, ऐसा क्रोधी, ऐसा ईरखालू, ऐसा हंकारी पुरख साधु नहीं हो सकता घटो घट। इस करके गुरु ग्रंथ साहिब महाराज ने एक सेध दिती। महाराज कहिंदे साधु हे तपस्वी हे जोगी हे धार्मिक पहरावे वाले बंदे, बाहर तू ताप करदा है ते गर्मी दे दिनां विच अपने शरीर नूं अग दे दुआले बैठ के नेड़े बैठ के साड़दा है, सर्दी दे दिनां विच ठंड दे नाल शरीर नूं दुखी करदा है, केसां दीआं तू जटावां बना लईआं ने अपने शरीर दी हालत वेख किन्ना कष्ट सह, भुखे रह रह के तू उथे समाधि उथे ध्यान लाउण दी कोशिश कीती लम्मा लम्मा समा। गुरु महाराज कहिंदे उत्थे ते तू सारा कुछ सह लिया, तू आखदा भी मैं अभ्यास करदा तन नूं दुखी करके। महाराज कहिंदे मन दा अभ्यास किन करना सी, मन दा अभ्यास किने करना सी, कोई दो आप शब्द बोल देवे माड़े वचन कह देवे उह तां इत्थों जरे नहीं जांदे, कोई तेरे नाल माड़ी जिही वधीकी करदा ते तू तिल मिला उठदा, कोई बाहरी तौर उत्ते तेरे वल ध्यान ही ना देवे ते तेरे अंदर दा पारा चढ़ जांदा है, गुस्से हो जांदा है तू, ते कोई आदमी तेरी सेवा ना करे, तेरे वल ध्यान ना देवे, तेरा सत्कार ना करे, तेरे हंकार नूं सट वजदी है, तू अपनी जबान तो आप शब्द कहिंदा है जिन्हों तेरे चाटड़े आखते ने भी श्राप दे देगा बाबा, लोग तेरे श्राप तो डरदे ने। इहदा मतलब इहो ही होया कि तन नूं दुखी करन दा लाभ की है, मानसिक अवस्था ते तेरी डावां डोल है, मन करके तां जरा जिन्ना तू सहिंदा नहीं कख, तन ते तू दुख सह रहे, गर्मी सह लई, सर्दी सह लई, भुख सह लई, तेह सह लई, अपने शरीर नूं नकारा कर लिया तू दुख दे दे के, पर मन करके कुछ सहण दी ते ताकत तेरे अंदर अजे नहीं आई, ते अंदरों तू कमजोर है, बाहरों शरीर ते तू बड़े दुख सह लए ने। गुरु महाराज बाणी च कहण लगे, कहिंदे हे जोगी जे तू ग्रिस्त विच समाज विच रहे ना ते उथे पता तेरा असल तप की है, उथे तू खिमा धारण करी,
ਜੇ ਜੰਗਲਾਂ ਚ ਜਾ ਕੇ ਤੂੰ ਸਰੀਰ ਨੂੰ ਤਪਾਉਣਾ ਖਪਾਉਣਾ ਹੈ ਨਾ, ਇੱਥੇ ਤੂੰ ਆਪਣੇ ਮਨ ਨੂੰ ਤਕੜਾ ਕਰੀ। ਜੇ ਕੋਈ ਵਧੀਕੀ ਕਰਦਾ ਹੈ ਤੇ ਖਿਮਾ ਕਰਦਾ ਹੀ, ਜੇ ਕੋਈ ਤੇਰਾ ਸਤਿਕਾਰ ਨਾ ਕਰੇ ਤੇ ਭੁੱਖ ਨਾ ਰੱਖੀ, ਜੇ ਕੋਈ ਇਸ ਜਗ੍ਹਾ ਦੇ ਉੱਤੇ ਤੇਰੇ ਵੱਲ ਬਹੁਤਾ ਧਿਆਨ ਨਾ ਦੇ ਸਕੇ, ਤੇਰੀ ਬੱਲੇ ਬੱਲੇ ਨਾ ਕਰੇ ਤੇ ਆਪਣੇ ਮਨ ਨੂੰ ਡਾਵਾਂ ਡੋਲ ਨਾ ਹੋਣ ਦੇਈ, ਖਿਮਾ ਦਾ ਸੁਭਾਅ ਰੱਖੀ ਵੀ ਕੋਈ ਗੱਲ ਨਹੀਂ। ਖਿਮਾ ਗਹੀ ਅੱਗੇ ਸ਼ਬਦ ਵਰਤਿਆ ਬ੍ਰਤ ਸੀਲ ਸੰਤੋਖੰ, ਕਹਿਣ ਲੱਗੇ ਸੀਲ ਦਾ ਅਰਥ ਹੁੰਦਾ ਮਿੱਠਾ ਸੁਭਾਅ, ਸੁਭਾਅ ਚ ਮਿਠਾਸ ਲਿਆਈ, ਤੇ ਸੰਤੋਖ ਦਾ ਅਰਥ ਹੈ ਸਬਰ ਰੱਖੀ। ਜਿੰਨਾ ਤੂੰ ਆਪਣੀ ਮਿਹਨਤ ਮਸ਼ਕਤ ਧਰਮ ਦੀ ਕਿਰਤ ਨਾਲ ਪਾ ਲਵੇ, ਉਹਦੇ ਚ ਰਾਜ਼ੀ ਰਹਿਣਾ ਸਿੱਖੀ, ਉਹਦੇ ਚ ਖੁਸ਼ ਰਹਿਣਾ ਸਿੱਖੀ, ਐਵੇਂ ਦੂਸਰੇ ਦੇ ਘਰ ਵੱਲ ਵੇਖ ਕੇ ਦੂਸਰੇ ਦਾ ਚੰਗਾ ਵੇਖ ਕੇ ਆਪਣੇ ਮਨ ਨੂੰ ਨਾ ਤਰਸਾਈ, ਇਹ ਜੁਗਤ ਜੇ ਤੇਰੇ ਜੀਵਨ ਚ ਆ ਗਈ ਨਾ ਤੇ ਸਮਝ ਲਈ ਤੂੰ ਸਹੀ ਮਾਇਨਿਆਂ ਚ ਯੋਗ ਕਮਾ ਲਿਆ। ਇਹ ਗੁਣ ਤੇਰੇ ਜੀਵਨ ਚ ਹੋਣ ਤੂੰ ਤਾਂ ਸੁਖੀ ਹੋ ਸਕਦਾ, ਨਹੀਂ ਤੇ ਜਾ ਜਿੰਨੀਆਂ ਮਰਜ਼ੀ ਬਾਹਰ ਜਾ ਕੇ ਧਿਆਨ ਲਾ ਲਈ, ਸਮਾਧੀਆਂ ਲਾ ਲਈ, ਸਰੀਰ ਨੂੰ ਖਪਾ ਲਈ, ਤੇਰਾ ਦੁੱਖ ਕੋਈ ਨਹੀਂ ਦੂਰ ਕਰ ਸਕਦਾ। ਆ ਗੁਣ ਤੇਰੇ ਜੀਵਨ ਚ ਹੋਣਗੇ ਤੇ ਤੂੰ ਮਨ ਦਾ ਸੁੱਖ ਹਾਸਲ ਕਰ ਸਕਦਾ। ਖਿਮਾ ਕਰ ਦੇਣਾ, ਮਿੱਠਾ ਸੁਭਾਉ ਰੱਖਣਾ, ਦਾਤਾਰ ਮਹਾਰਾਜ ਬਾਣੀ ਚਾਖਦੇ ਨੇ ਸਬਰ ਵਾਲੀ ਬਿਰਤੀ ਰੱਖਣੀ। ਇਹ ਗੁਣ ਜੇ ਤੇਰੇ ਜੀਵਨ ਵਿੱਚ ਆ ਜਾਣ, ਸਤਿਗੁਰੂ ਆਖਦੇ ਰੋਗ ਨਾ ਵਿਆਪੈ ਨਾ ਜਮ ਦੁੱਖੰ, ਤੇਰਾ ਮਨ ਕਦੇ ਬਿਮਾਰ ਹੋਏਗਾ ਹੀ ਨਹੀਂ, ਤੇਰਾ ਮਨ ਕਦੇ ਰੋਗੀ ਹੋ ਹੀ ਨਹੀਂ। ਬੰਦੇ ਨੂੰ ਡਾਕਟਰ ਪੁੱਛਦੇ ਨਾ ਕੀ ਗੱਲ ਕਿਵੇਂ ਆਏ ਹੋ, ਬੰਦਾ ਕਹਿੰਦਾ ਜੀ ਬੁਖਾਰ ਹੋ ਗਿਆ, ਜ਼ੁਕਾਮ ਹੋ ਗਿਆ, ਖੰਘ ਲੱਗੀ ਏ, ਆਪਣੇ ਸਰੀਰ ਦੇ ਰੋਗ ਬਿਆਨ ਕਰਦਾ। ਕਦ ਕਿਵੇਂ, ਕੋਈ ਕਹੇਗਾ ਜੀ ਠੰਡ ਲੱਗ ਗਈ, ਕੋਈ ਕਹੇਗਾ ਜੀ ਵੱਧ ਘੱਟ ਖਾਧਾ ਗਿਆ, ਕੋਈ ਕਾਰਨ ਬਣਿਆ ਨਾ ਸਰੀਰ ਨੂੰ ਤਾਂ ਹੀ ਰੋਗੀ ਹੋਇਆ, ਕੋਈ ਕਾਰਨ ਬਣਦੇ ਨੇ, ਕੋਈ ਵਜ੍ਹਾ ਬਣਦੀ ਏ, ਉਹ ਵਜ੍ਹਾ ਕਰਕੇ ਤਨ ਰੋਗੀ ਹੋ ਗਿਆ। ਇਸੇ ਤਰੀਕੇ ਨਾਲ ਫਿਰ ਡਾਕਟਰ ਕਹਿੰਦਾ ਦਵਾਈ ਲੈ ਜਾਓ ਤੇ ਪਰਹੇਜ਼ ਰੱਖਿਓ, ਇਹਨਾਂ ਚੀਜ਼ਾਂ ਨੂੰ ਨਾ ਖਾਇਓ ਤੇ ਇਹ ਚੀਜ਼ ਤੋਂ ਪਰਹੇਜ਼ ਰੱਖਣਾ ਤਾਂ ਕਿ ਤੁਹਾਡੇ ਸਰੀਰ ਦਾ ਰੋਗ ਛੇਤੀ ਠੀਕ ਹੋ ਜਾਏ, ਖਤਮ ਹੋ ਜਾਏ ਤੇ ਤੁਸੀਂ ਤੰਦਰੁਸਤ ਹੋ ਜਾਓ। ਇਸੇ ਤਰ੍ਹਾਂ ਗੁਰੂ ਕਹਿੰਦੇ ਨੇ ਮਨ ਤੇ ਆਤਮਾ ਵੀ ਰੋਗੀ ਹੁੰਦੀ ਏ। ਜੇ ਮਨੁੱਖ ਦੇ ਅੰਦਰ ਵਧੀਕੀ ਸਹਿਣ ਦਾ ਸੁਭਾਅ ਨਾ ਆਵੇ, ਜੇ ਮਨੁੱਖ ਦੇ ਅੰਦਰ ਤ੍ਰਿਸ਼ਨਾ ਪੈਦਾ ਹੋ ਜਾਏ, ਜੇ ਮਨੁੱਖ ਦੇ ਅੰਦਰ ਟਿਕਾਅ ਵਾਲਾ ਮਿੱਠਾ ਸੁਭਾਅ ਨਾ ਹੋਵੇ ਤੇ ਮਨ ਰੋਗੀ ਹੋ ਜਾਂਦਾ। ਬਿਮਾਰ ਮਨ ਜਿਹੜਾ ਉਹ ਕਦੇ ਸੁਖੀ ਨਹੀਂ ਹੋ ਸਕਦਾ ਤੇ ਨਾ ਹੀ ਬੰਦੇ ਨੂੰ ਸੁੱਖ ਮਿਲ ਸਕਦਾ। ਜਿਵੇਂ ਬਿਮਾਰ ਤਨ ਹੋਵੇ ਤੇ ਕੰਮ ਨਹੀਂ ਨਾ ਕਰ ਸਕਦਾ, ਵੀਕਨੈਸ ਕਮਜ਼ੋਰੀ ਹੋ ਜਾਂਦੀ ਏ, ਠੀਕ ਇਸੇ ਤਰੀਕੇ ਨਾਲ ਬਿਮਾਰ ਮਨ ਹੋਵੇ ਤੇ ਸਾਰਾ ਜੀਵਨ ਹੀ ਅਪਸੈਟ ਹੈ, ਦੁਖੀ ਹੈ, ਪਰੇਸ਼ਾਨ ਹੈ। ਇਸ ਕਰਕੇ ਬਹੁਤੇ ਲੋਕ ਤਨ ਦੀ ਬਿਮਾਰੀ ਵੱਲ ਤੇ ਅਸੀਂ ਧਿਆਨ ਦਿੰਦੇ ਹੀ ਹਾਂ ਕਿਉਂਕਿ ਸਾਰਾ ਕੰਮ ਖਲੋ ਜਾਂਦਾ, ਮਨ ਦੀ ਬਿਮਾਰੀ ਵੱਲ ਵਿਰਲੇ ਧਿਆਨ ਦਿੰਦੇ ਨੇ। ਜਿੰਨਾ ਚਿਰ ਮਨ ਦੀ ਬਿਮਾਰੀ ਨੂੰ ਠੀਕ ਕਰਨ ਲਈ, ਤੰਦਰੁਸਤੀ ਹਾਸਲ ਕਰਨ ਲਈ ਯਤਨ ਨਾ ਕੀਤਾ ਜਾਏ, ਉਹਨਾਂ ਚਿਰ ਸਾਰਾ ਜੀਵਨ ਤਨ ਭਾਵੇਂ ਰਿਸ਼ਟ ਪੁਸ਼ਟ ਵੀ ਹੋਵੇ, ਸਹੂਲਤਾਂ ਸਾਧਨ ਵੀ ਬਾਹਰੋਂ ਬਹੁਤ ਹੋਣ, ਪਰ ਮਨੁੱਖ ਦਾ ਜੀਵਨ ਦੁੱਖਾਂ ਨਾਲ ਹੀ ਭਰਿਆ ਰਹਿੰਦਾ। ਤਾਂ ਹੀ ਉਹ ਬਾਣੀ ਨੇ ਬਿਆਨ ਕੀਤਾ, ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਗਰੀਬ ਨਵਾਜ ਕਹਿਣ ਲੱਗੇ ਗੁਰੂ ਵੈਦ ਰੱਬੀ ਗੁਣਾਂ ਦੀ ਦਵਾਈ ਦੇ ਕੇ ਇਸ ਮਨ ਦੇ ਰੋਗ ਨੂੰ ਖਤਮ ਕਰਦਾ ਤੇ ਮਨ ਨੂੰ ਤੰਦਰੁਸਤ ਤੇ ਬਲਵਾਨ ਕਰ ਦਿੰਦਾ। ਸਤਿਗੁਰੂ ਜੀ ਕਹਿਣ ਲੱਗੇ ਹੇ ਜੋਗੀ ਤੈਨੂੰ ਮਨ ਦਾ ਰੋਗ ਕੋਈ ਨਹੀਂ ਲੱਗੇਗਾ, ਮਨ ਕਰਕੇ ਤੂੰ ਤੰਦਰੁਸਤ ਰਵੇਂਗਾ, ਨਾ ਜਮ ਦੁਖੰ ਤੇ ਨਾ ਆਤਮਕ ਮੌਤ ਤੈਨੂੰ ਆਏਗੀ, ਅੰਦਰੋਂ ਤੂੰ ਚੜ੍ਹਦੀ ਕਲਾ ਵਾਲਾ ਜੀਵਨ ਜੀਵੇਂਗਾ, ਅੰਦਰੋਂ ਨਹੀਂ ਮਰੇਗਾ ਤੂੰ, ਜੇ ਤੂੰ ਆਹ ਅਸੂਲਾਂ ਦੀ ਪਾਲਣਾ ਕਰ ਲਵੇਂ। ਸ਼ੇਖ ਫਰੀਦ ਸਾਹਿਬ ਜੀ ਨੇ ਤੇ ਬੜੀ ਕੀਮਤੀ ਗੱਲ ਆਖੀ ਹੈ। ਉਹ ਕਹਿਣ ਲੱਗੇ ਫਰੀਦਾ ਥੀਓ, ਥੀਓ ਦਾ ਅਰਥ ਹੁੰਦਾ ਹੋ ਜਾ, ਬਣ ਜਾ, ਕੋਸ਼ਿਸ਼ ਕਰ ਵੀ ਤੂੰ ਐਸਾ ਬਣ ਜਾਏ। ਫਰੀਦਾ ਥੀਓ ਪਵਾਹੀ ਦੱਬ, ਪਵਾਹੀ ਦਾ ਮਤਲਬ ਹੁੰਦਾ ਹੈ ਪਿਆ, ਰਸਤਾ, ਰਸਤੇ ਦੀ ਦੱਬ। ਦੱਬ ਤੁਸਾਂ ਵੇਖੀ ਹੋਏਗੀ ਜਿਹਦੇ ਨਾਲ ਵੇੜ ਵੱਟੇ ਜਾਂਦੇ ਸਨ, ਭਰੀਆਂ ਬੰਨਣ ਵਾਸਤੇ, ਪੰਡਾਂ ਬੰਨਣ ਵਾਸਤੇ ਕਣਕ ਦੀਆਂ, ਤੇ ਉਹਨੂੰ ਜਦੋਂ ਵੱਢਣਾ, ਵੱਢ ਕੇ ਤੇ ਰਾਹ ਤੇ ਖਲਾਰ ਦੇਣਾ, ਉਹਨੂੰ ਰਸਤੇ ਤੇ ਖਲਾਰ ਕੇ, ਤਾਂ ਕਰਕੇ ਉਹਦੇ ਕਿਉਂਕਿ ਵੇੜ ਵੱਟਣੇ ਸਨ ਤੇ ਉਹ ਬੜੀ ਕਰੜੀ ਹੁੰਦੀ ਹੈ, ਮੁਲਾਇਮ ਹੋ ਜਾਏ, ਉਹਦੇ ਉੱਤੋਂ ਦੀ ਗੱਡੇ ਲੰਘਣੇ, ਗੱਡੀਆਂ ਲੰਘਣੀਆਂ, ਲੋਕਾਂ ਨੇ ਉਹਦੇ ਉੱਤੋਂ ਦੀ ਲੰਘਦੇ ਰਹਿਣਾ, ਇਸ ਕਰਕੇ ਉਹਨੇ ਮੁਲਾਇਮ ਹੋ ਜਾਣਾ ਇੱਕ ਤਰ੍ਹਾਂ ਦੇ ਨਾਲ, ਉਹਦੀ ਕਠੋਰਤਾ ਜਿਹੜੀ ਸੀ ਉਹ ਟੁੱਟ ਜਾਣੀ, ਭੱਜ ਜਾਣੀ, ਫਿਰ ਉਹਨੂੰ ਪਾਣੀ ਦੇ ਵਿੱਚ ਕਿੰਨਾ ਕਿੰਨਾ ਚਿਰ ਭਿਉਂ ਛੱਡਣਾ, ਫਿਰ ਉਹਦੇ ਨਾਲ ਵੇੜ ਵੱਟੇ ਜਾਣੇ ਤੇ ਫਿਰ ਕਣਕ ਦੀਆਂ ਭਰੀਆਂ ਬੰਨਣੀਆਂ। ਸ਼ੇਖ ਫਰੀਦ ਸਾਹਿਬ ਜੀ ਆਖਦੇ ਨੇ ਜਿਵੇਂ ਉਹਦੀ ਕਠੋਰਤਾ ਖਤਮ ਕਰਕੇ ਫਿਰ ਉਹਨੂੰ ਵੱਤਰ ਵਿੱਚ ਲਿਆਂਦਾ ਗਿਆ, ਫਿਰ ਉਹ ਤੋਂ ਕੰਮ ਲਿਆ ਗਿਆ,
इसे तरह हे बंदिया जिन्ना चिर तेरी कठोरता नहीं ना टुटदी, तेरा जीवन सूत नहीं आउंदा, किसे सच्चे च नहीं ढलदा, यह जीवन किसे लेखे नहीं लगता। इसलिए शब्द वरत्या कहण लगे फरीदा थियो पवा ही दब, जे साई लोड़ है सब, कठोर बंदा उस अकाल पुरख के वत्र विच ही नहीं आउंदा, उहदे सच्चे च फिट नहीं हुंदा, उह धर्म की दुनिया के अंदर एक पैर भी नहीं तुरदा जिहदा हिरदा कठोर है। इस करके महाराज आखते ने एक छिजें ब्या लताड़िया, कोई उत्तों की लंघदा ते लताड़िया उहदी कठोरता टुट जाती है। कहण लगे इसे तरीके नाल तां साईं दे दरवाड़िए जदों उहदी कठोरता दबदी टुट जाए तां उह काम आउंदी है। इसे तरीके नाल हे मनुख जे तेरे अंदर की कठोरता खत्म होवे, मन मुलायम होवे, जिहनूं शेख फरीद साहब कहिंदे फरीदा मन मैदान कर टोए टिब्बे लाह, अगे मूल ना आवसी दोजक संधी पा। दोजक दी अग इस्लामी ख्याल है, जेडे काफर ने ना जिन्हां खुदा की इबादत नहीं की, जिन्हां पैगंबर का हुक्म नहीं मनिया, जेडे चंगे मुसलमान बन के शरीयत दे फैसलियां दे मुताबक नहीं जीवे, वह अगे दोजक। दोजक कहिंदे ने नरक, नरक की अग च सड़दे ने उह, इस्लामी ख्याल है। शेख फरीद साहब आखते ने बंदा तो इत ही नरक दे विच पिया है, इत्थे ही एक अग च सड़ रहा है। वह अग तां बंदे दे अंदर नफरत ईरखा क्रोध की 24 घंटे बली जाती है, वह अंदर की अग बुझदी नहीं। होर खौरे केरा दोजक है जिस विच बंदे ने सड़ना है, पर आ जिहड़ा जिस दोजक विच बंदे दा मन हुण डिगया पिया ना, जिस नरक विच ईरखा द्वैश नफरत क्रोध, इस अग दे विच होनी मनुख दा हिरदा सड़ बल के कोले हो रहा है। ते बंदिया जे तू बचना चाहना ना इस नरकी अग तो, फिर एक कर्म कर, अपने मन दे टोए टिब्बे बराबर कर, इहनूं समतल बराबर कर, भाव अंदरों भेद भाव वैर लैण दी भावना नूं कढ दे। जे तू चाहना है भी दोजक दी अग तो, इस नरकी अग तो तेरा मन सड़दा बलदा हिरदा जिहड़ा उह शांत हो जाए। और शेख फरीद साहब जी ने एक बड़ी कीमती गल आखी, कहण लगे फरीदा खाक ना निंदी है। खाक दा अर्थ हुंदा मिट्टी, मिट्टी नूं निंदना नहीं चाहीदा, माड़ा नहीं कहना चाहीदा, क्योंकि खाकू जेड ना कोई, मिट्टी वर्गा कोई भी नहीं। जीवंदियां पैरां तले असी, जीवंदियां ते पैरां दे थले मोया उपर होए मरांगे, ये मिट्टी ने साडे तन नूं ढक लैणा कबर दे विच। इहदा भाव पता की है श्लोक का, फरीद साहब खाक कहिंदे ने निम्रतावान, गरीबी है जिहदे पले निम्रता है, हलेमी है, धीरज है। कई बार ना जिहड़ा बंदा किसे दी वधीकी सहार लवे, बड़ी वड्डी खूबी है बंदे दे अंदर, ते लोग कहणगे लै इहदे ते पले ही कख नहीं, आले दुआले वाले लोग ही नहीं जीण देणगे, कहणगे लै तू इन्ना कमजोर है, तेरे ते पले ही कख नहीं, जे तू चाहुंदा उहनूं गलों फड़ के पटका के जमीन ते मारदा, तेरे कोलों सरिया ही नहीं। ऐसे भी लोग होंदे ने, बड़ी चुकना दिंदे ने। जे किसे मनुख च सचमुच ही यह खूबी है खिमा दी, वधीकी सहारण दी, गरीबी है, निम्रता है, फरीद साहब आखते ने कि मेरी अख नाल वेखो, उस बंदे वर्गा कोई नहीं। किड्डा वड्डा जीरा ते दिल उस बंदे दा, इहो जिहियां गल्लां उहदे मन ते असर ही नहीं करदियां, उह ते बच गया। तुसां ते अपना तीर चलाया सी, तुसां ते अपना बाण छड्या, पर इह तां उहदी खुश किस्मती है ना भी उहने खिमा दी संजो पहनी है ते उहने अपना बचा कर लिया, नहीं ते तुसां तां उहनूं गोली मार छड्डी सी ना, मन करके हलाल कर छड्या सी। एक सज्जन ना मैं एक कहानी कितों पढ़ी, कहिंदे ने कोई उस्ताद अपने विद्यार्थियों नूं धर्म सिख्या दिया करदा, ते उहदे एक विद्यार्थी ने जिहड़ा जिन्हों के उहदे नाल बड़ा स्नेह ते बड़ी लगन और बड़ा प्यार सी, उहनूं आके उहने दस्या, कहण लग्गा जी तुहाडे बारे ना फलाना आदमी इवें कहिंदा है। उह हसया मुस्कराया ते चुप कर गया, कहण लग्गा कोई गल नहीं। अगले दिन उहने फिर आके किसे ना किसे दी गल उहनूं दसी वी तुहाडे बारे ना फलाना आदमी इवें कहिंदा है, उह फिर मुस्कराया हसया ते चुप कर गया, फिर अपने काम विच मगन हो गया। उस उहदे विद्यार्थी दी ना आदत ही बन गई, रोज उहने किसे ना किसे दी गल लिया के उहनूं जरूर कहणी तुहानूं फलाना जिवें कहिंदा,
फलाने ने तुहाडे बारे आ शब्द वरते है, फलाने ने तुहाडे बारे आ गल कीती, उन्हें रोज ही कोई ना कोई गल करनी। ते एक दिन उन्हें जदों ये गल कही कि तुहाडे बारे फलाना इवें गल कहिंदा सी, वह अपनी आदत मुताबक उस्ताद ने मुस्कुरा के ते अपने काम च लग गया। अज ना विद्यार्थी के मन अंदर सवाल पैदा, कहण लग्या जी मैं रोज आके तुहानू दसदा, तुहानू कोई फर्क नहीं पैंदा, तुसी हसदे हो चुप कर जांदे हो, मैं एवें ही दसदा तुहानू आके। उस्ताद ने उहनू बाहों फड़िया ते कोल बिठा लिया, कहण लग्या भी गल सुन, उहने ते तीर चलाया सी मैनू मन करके घायल करन वास्ते, भी बंदे नू जख्मी करन दुखी करा। जबान तो बंदा बोलता ही कहिंदा भी मेरी गल अगला सुने ते दुखी होवे। उहने ते बाण चलाया ते मैं उथे है नहीं सा, पासे डिग पिया, ते तू किन्नी कदनाई करदा, रोज वह डिग्या तीर चुक के लिया के मेरे सीने च खोबदा, भी यह तड़फदा कि नहीं तड़फदा, जेड़ा काम ओहदे कोलों रह गया ना वह तू पूरा करदा, मैं तेरी गल वल इस करके ध्यान नहीं दिंदा भी जे मैं उस बंदे दे सामने हुंदा ते उहने सीधी गल मैनू कहनी सी ते गल क्यों कहिंदा माड़ी अगला, क्योंकि इसे करके कहिंदा ना भी मेरी गल सुन के बंदा तड़फे, मन करके दुखी होवे, परेशान होवे, अगला साड़न वास्ते ही गल करदा, माड़ा बचन तां ही बोलदा है ना अगला, कि इहदे कन्नां नूं बुरा लगे, मैं उत्थे सां नहीं, जिहड़ा काम उहदे कोलों नहीं ना होया तूं करदा, रोज आके करदा। कहण लग्या जी इहदा की मतलब है, ਉਹ ਉਸਤਾਦ ਨੂੰ ਕਹਿਣ ਲੱਗਿਆ ਵੀ ਇਹਦਾ ਮਤਲਬ ਇਹ ਹੈ ਵੀ ਜਿਹੜਾ ਕੰਮ ਉਹਦੇ ਤੋਂ ਪੂਰਾ ਨਹੀਂ ਹੋ ਸਕਿਆ ਉਹ ਤੂੰ ਪੂਰਾ ਕਰਦਾ, ਵੀ ਉਹਦੀ ਕਈ ਹੋਈ ਗੱਲ ਲਿਆ ਕੇ ਰੋਜ਼ ਮੇਰੇ ਕੰਨਾਂ ਦੇ ਵਿੱਚ ਤੂੰ ਪਾਉਂਦਾ, ਇੱਕ ਤਾਂ ਤੂੰ ਚੁਗਲੀ ਕਰਦਾ ਤੇ ਦੂਜਾ ਤੂੰ ਮੇਰੇ ਕੰਨਾਂ 'ਚ ਆ ਕੇ ਗੱਲ ਪਾਉਂਦਾ ਵੀ ਮੈਂ ਵੀ ਕੋਈ ਇਹਦਾ ਜਵਾਬ ਲੱਭਾਂ ਤੇ ਉਸ ਬੰਦੇ ਨੂੰ ਇਹਦਾ ਜਵਾਬ ਤੇਰੇ ਰਾਹੀਂ ਭੇਜਾਂ, ਤੈਨੂੰ ਮੈਂ ਵਿਚੋਲਾ ਬਣਾ ਲਵਾਂ ਵਿੱਚ, ਉਹ ਇਸੇ ਤਰੀਕੇ ਨਾਲ तेरे पल्ले की रह जाएगा, उधरों भी तू गलत गल्लां सुन के मैनू दसेंगा, मेरे कोलों सुन के उन्नू दसेंगा, तेरे ते कन एहो कुछ जहर कट्ठा कर करके तेरी ते मानसिक स्थिति बिगड़ जानी है हर वेले। और दूजी गल, उन्हां गल्लां दा फायदा ही की है जो उन्हें कह दित्तियां ने, ते तू ये उहदा अधूरा काम क्यों पूरा करन लग्या, भी उहदा छड्डिया होया तीर जिहड़ा जमीन ते डिग पिया मैनू नहीं वजिया, तू चुक के मेरे सीने च खोबण लगे, इस करके तू एक काम ही ना करया कर, अगले कह दिती ते छड़ दे, इहदे नाल की फर्क पैंदा है, इह तां उहदा दिमाग है ना, अगला जुबान तो ना कहे मन च सोच लेगा फिर आपां की कर लवांगे, जे अगला मन च ही सोचता रहे बुरा की कर लवांगे आपां, चलो उन कह दिती है ते कह दिती है, इस करके मैं मुस्कुराउंदा भी तू किड्डा नजाण है, उहदा अधूरा काम तू आके पूरा कर दें, हुण ते कही इस करके भी आपे जाके दसेगा और तू जाके दस देता, उहदा मकसद पूरा हो गया। गौर करना सतगुरु की मुबारक बाणी आखदी है, जिहड़ा निम्रतावान हिरदा धीरज वाला खिमा वाला हिरदा, कई बार लोग उसनू कमजोर समझण की गलती कर लैंदे ने, पर शेख फरीद साहब आखदे खाक ना निंदी उहनू माड़ा ना कहो, उह ते बड़ा वड्डा है, उह तां बहुत उच्ची सुरत दा मालक है, जे बंदे दे अंदर धीरज है, जे बंदे दे अंदर बर्दाश्त करन दा मादा है, जे खिमा दा सुभा, ते उन्हूं छोटा ना समझो, बहुत वड्डी चीज है वो, क्यों खाक ना निंदी है खाकू जेड़ ना कोई, खिमा तो वड्डी दात कोई नहीं संसार अंदर, कुड़त्तन ते हर कोई बन देंदा है, पर अमृत जेड़ा है मिठास जेड़ी वो कोई वंडदा है, खाकू जेड़ ना कोई, जीवदियां पैरां तले ਤੁਸੀਂ ਹਉਮੈ ਚ ਜੀ ਰਹੇ ਹੋ, ਹੰਕਾਰ ਦੀ ਜ਼ਿੰਦਗੀ ਜੀ ਰਹੇ ਹੋ, ਇਸ ਕਰਕੇ ਤੁਹਾਨੂੰ ਲੱਗਦਾ ਵੀ ਇਹ ਬੰਦਾ ਨੀਵੇਂ ਦੇ ਪੱਲੇ ਕੱਖ ਨਹੀਂ, ਕਮਜ਼ੋਰ ਹੈ, ਪਰ ਮੋਇਆ ਉੱਪਰ ਹੋਏ ਜਦੋਂ ਹਉਮੈ ਵੱਲੋਂ ਮਰ ਕੇ ਹਉਮੈ ਛੱਡ ਕੇ ਧਰਮ ਵਾਲੇ ਪਾਸੇ ਤੁਸੀਂ ਮੂੰਹ ਕਰਕੇ ਸੋਚੋਗੇ ਨਾ, ਤੁਹਾਨੂੰ ਨਜ਼ਰ ਆਏਗਾ ਵੀ ਇਹ ਤੇ ਬੰਦਾ ਬਹੁਤ ਉੱਚੀ ਸੁਰਤ ਦਾ ਮਾਲਕ ਹੈ, ਇਹ ਗੁਣ ਐਵੇਂ ਨਹੀਂ ਆ ਜਾਂਦਾ ਜੀਵਨ ਅੰਦਰ, ਇਹਦਾ ਅਭਿਆਸ ਕੀਤਾ, ਇਹਦੀ ਕਮਾਈ ਕੀਤੀ, ਇਹਦੀ ਪ੍ਰੈਕਟਿਸ ਕੀਤੀ ਇਸ ਗੁਣ ਦੀ, ਇਹ ਗੁਣ ਹਰ ਇੱਕ ਇਨਸਾਨ ਦੇ ਅੰਦਰ ਨਹੀਂ ਹੁੰਦਾ, ਇਹ ਤਾਂ ਬਹੁਤ ਵੱਡੀ ਚੀਜ਼ ਹੈ, ਆਪਸ ਕਹੋ ਜੋ ਜਾਣੇ ਨੀਚਾ ਸੋ ਗਨੀਆ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ। ਇਹ ਖੂਬੀ ਕਿਤੇ ਐਵੇਂ ਆ ਗਈ ਹੈ ਬੰਦੇ ਦੇ ਜੀਵਨ ਅੰਦਰ, ਜੇ ਹੋਵੇ ਤੇ ਗੁਰਦੇਵ ਆਖਦੇ ਉਹਨੂੰ ਕਦੇ ਕਮਜ਼ੋਰ ਨਿਤਾਣਾ ਮਾੜਾ ਨਾ ਸਮਝਿਓ, ਇਹ ਆਤਮਕ ਬਲ ਵਾਲਿਆਂ ਦੇ ਅੰਦਰ ਤਾਕਤ ਆਉਂਦੀ, ਸਟਰੋਂਗ ਚੜ੍ਹਦੀ ਕਲਾ ਵਾਲੇ ਮਨ ਇਹ ਗੁਣ ਆਪਣੇ ਅੰਦਰ ਟਿਕਾ ਸਕਦੇ ਨੇ, ਕਮਜ਼ੋਰ ਹਿਰਦੇ ਨਹੀਂ ਟਿਕਾ ਸਕਦੇ।
ਇਹ ਬਹੁਤ ਵਿਸ਼ਾਲ ਜੀਵਨ ਦੀ ਗੱਲ ਹੈ। ਇਸ ਲਈ ਇੱਕ ਹੋਰ ਸਲੋਕ ਸ਼ੇਖ ਫਰੀਦ ਸਾਹਿਬ ਜੀ ਨੇ ਉਚਾਰਨ ਕੀਤਾ, ਉਸ ਵਿੱਚ ਬੜੀ ਕੀਮਤੀ ਗੱਲ ਉਹਨਾਂ ਨੇ ਕਹੀ। ਕਹਿਣ ਲੱਗੇ ਵੀ ਹੇ ਫਰੀਦ, ਜੇ ਤੈਨੂੰ ਕੋਈ ਮਾੜਾ ਆਖੇ, ਫਰੀਦਾ ਜੋ ਤੈਂ ਮਾਰਨ ਮੁਕੀਆਂ, ਤੇਰੇ ਨਾਲ ਵਧੀਕੀ ਕਰਨ, ਬੁਰਾ ਕਰਨ, ਇਹ ਪ੍ਰਤੀਕ ਹੈ ਨਾ ਸ਼ਬਦ ਵੀ ਵਧੀਕੀ ਕਰੇ ਤੇਰੇ ਨਾਲ ਕੋਈ, ਤਿੰਨਾ ਨਾ ਮਾਰੇ, ਤੂੰ ਕੋਸ਼ਿਸ਼ ਕਰੀ ਵੀ ਉਹਦੀ ਵਧੀਕੀ ਦਾ ਵਧੀਕੀ ਵਿੱਚ ਜਵਾਬ ਨਾ ਹੋਵੇ, ਕਿਉਂਕਿ ਫਿਰ ਤੁਸੀਂ ਦੋਵੇਂ ਇੱਕੇ ਜਗ੍ਹਾ ਤੇ ਖਲੋ ਗਏ। ਜੇ ਉਹਨੇ ਬੁਰਾ ਕਿਹਾ ਤੁਸੀਂ ਵੀ ਕਿਹਾ, ਦੋਵੇਂ ਬਰਾਬਰ ਹੋ ਗਏ। ਫਰਕ ਇਹਨੇ ਵੀ ਉਹਨੇ ਪਹਿਲ ਕੀਤੀ ਹੈ, ਤੁਸੀਂ ਉਹਦੀ ਪਹਿਲ ਦਾ ਉੱਤਰ ਦਿੱਤਾ। ਤਿੰਨਾ ਨਾ ਮਾਰੇ ਕੌਣ, ਆਪਨ ਅੜੈ ਘਰ ਜਾਈਏ, ਆਪਣੇ ਹਿਰਦੇ ਘਰ ਵਿੱਚ ਟਿਕ ਜਾਈਏ, ਪੈਰ ਤਿੰਨਾਂ ਦੇ ਚੁੰਮ ਨਿਮਰਤਾ ਰੱਖ, ਉਹਨਾਂ ਦਾ ਵੀ ਭਲਾ ਲੋਚੀਏ। ਭਾਵ ਇਹ ਹੈ ਵੀ ਉਹਦਾ ਐਕਸ਼ਨ ਦਾ ਰੀਐਕਸ਼ਨ ਐਵੇਂ ਕਰੀਏ ਵੀ ਉਹਦਾ ਭਲਾ ਹੋਵੇ, ਇਵੇਂ ਨਾ ਕਰੀਏ ਵੀ ਆਪ ਹੀ ਜ਼ਾਲਮ ਹੋ ਜਾਈਏ। ਬੜੇ ਲੋਕ ਸਨ ਜਿਹੜੇ ਲੋਕਾਂ ਦੀਆਂ ਵਧੀਕੀਆਂ ਦਾ ਜਵਾਬ ਦੇਣ ਤੁਰੇ ਤੇ ਖੁਦ ਹੀ ਵਧੀਕੀਆਂ ਕਰਨ ਵੱਲੋਂ ਕੋਈ ਕਸਰ ਨਾ ਰਹਿਣ ਦਿੱਤੀ ਉਹਨਾਂ ਨੇ, ਤੇ ਫਿਰ ਇਹ ਫੈਸਲਾ ਕਰਨਾ ਹੀ ਔਖਾ ਹੋ ਗਿਆ ਵੀ ਦੋਵਾਂ ਦੇ ਵਿੱਚੋਂ ਸੱਚੀ ਧਿਰ ਕਿਹੜੀ ਸੀ, ਦੋਵਾਂ ਦੇ ਵਿੱਚੋਂ ਸੁਚੱਜਾ ਬੰਦਾ ਕਿਹੜਾ ਸੀ, ਦੋਵਾਂ ਦੇ ਵਿੱਚੋਂ ਚੰਗਾ ਕੌਣ ਸੀ, ਇਹ ਫੈਸਲਾ ਔਖਾ, ਕਿਉਂਕਿ ਦੂਜੇ ਨੇ ਫਿਰ ਦਾਸ ਵੱਧ ਕੇ ਕੀਤੀਆਂ ਤੇ ਕਸਰਾਂ ਪੂਰੀਆਂ ਹੋ ਗਈਆਂ। ਦੋਵਾਂ ਪਾਸੇ ਹੁਣ ਨਤੀਜਾ ਕੱਢਣਾ ਔਖਾ ਹੋ ਗਿਆ ਵੀ ਦੋਵਾਂ ਚੋਂ ਸੱਚਾ ਕਿਹੜਾ ਹੈ, ਫੈਸਲਾ ਕਿਹਦੇ ਹੱਕ ਚ ਕਰੀਏ ਤੇ ਕੀ ਕੀਤਾ ਜਾਵੇ, ਕਿਹਨੂੰ ਬਰੀ ਕੀਤਾ ਜਾਵੇ।